भारतीय हवाई फौज के कबाड़ो हैलीकॉप्टर की की सी नीलामी लोगों बनी खिच का केंद्र। मानसा के मशहूर मिठू कबाड़िए आम तौर पर कहा जाता है कि उसके कबाड़ों सूई तो लैके जहाज़ मिल जाता है। भावें ये सत्रां कहावत वजो वरती जाती सी पर सच हो गया क्योंकि कबाड़ खरीदने वाले इस उगे कबाड़िए ने भारतीय हवाई फौज के 6 कबाड़ हो चुके हैलीकॉप्टर की खरीद लिया जो मानसा पुज गए। ये हैलीकॉप्टर शहर वासियों तो अलावा कबाड़खाने को लंघते राहगीर की खिच का केंद्र बन गए। वेरव्या के मुताबिक मानसा तिनकोण तो कैंचियां वल जाते हाँ तो रस्ते विच एक थान जो कबाड़ बनिया सैकड़े गड्डिया आदि समेत होरना वाहन पे ने वह मिठू कबाड़िए वालों खरीदे हुए हैं। किसी पुराने व्हीकल लिए कोई पुराना रैंकिंग ज होर समान जो दुकान तो ना मिले तो दुकानदार कह देंगे हैं कि हूँ तो यह मिठू कबाड़िए तो ही मिल सकता है तो उतों मिल भी जाता है। कबाड़ के छोटे जिहे कारोबार तो कबाड़ खरीदन का काम शुरू करने वाले इस कबाड़िए वालों हुण इलाके मानसा जिले जां पंजाब ही नहीं सगो देश दियां कई हिस्सों तो कबाड़ खरीद किया जा रहा है। उन्हां वालों हुण ताज़ा खरीदी भारतीय हवाई फौज तो कबाड़ किए 6 हैलीकॉप्टर की ऑनलाइन खरीद की गई। ज्यों ही ये हैलीकॉप्टर मानसा लेंदे गए तो वेखण वाला ही वड्डी गिणती लोग पहुँचनी शुरू हो गई। लोगों ने अपने बच्चों नू कोल हैलीकॉप्टर कोल खड़ा के फोटो ते सेल्फियां कीतियां। कारोबारी मिठू कबाड़िए दे बेटे डिंपल अरोड़ा दा इन्हां हैलीकॉप्टरां बारे दस्सिया कि उन्हां वल्लों इंडियन एयरफोर्स दे कबाड़ हो चुके 6 हैलीकॉप्टर खरीद ले गए हन। अरोड़ा ने दस्सिया कि ये ऑनलाइन सरकारी ਅਤੇ ਪ੍ਰਾਈਵੇਟ ਕਬਾੜ ਜੋ ਹੋ ਚੁੱਕੀਆਂ ਗੱਡੀਆਂ ਆਦਿ ਵੀ ਖਰੀਦਦਾਰੀ ਦਾ ਕੰਮ ਕਰਦੇ ਹਨ ਜਿਸ ਦੇ ਤਹਿਤ ਉਹਨਾਂ ਵੱਲੋਂ ਉੱਤਰ ਪ੍ਰਦੇਸ਼ 'ਚ ਪੈਂਦੇ ਸਰਸਾਵਾਂ ਏਅਰਫੋਰਸ ਦੇ ਸਟੇਸ਼ਨ ਤੋਂ 6 ਹੈਲੀਕਾਪਟਰ ਖਰੀਦੇ ਗਏ ਹਨ। ਡਿੰਪਲ ਅਰੋੜਾ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਤੋਂ ਇਹਨਾਂ ਹੈਲੀਕਾਪਟਰਾਂ ਦੀ ਖਰੀਦ 4 ਮਹੀਨੇ ਪਹਿਲਾਂ ਕਰ ਲਈ ਗਈ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਕਾਰਨ ਲਿਆਉਣ ਵਿੱਚ ਦੇਰੀ ਹੋ ਗਈ। ਉਹਨਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਉੱਥੋਂ ਹੈਲੀਕਾਪਟਰ ਲੱਦ ਕੇ ਚੱਲੇ ਸੀ ਅਤੇ 4 ਦਿਨਾਂ 'ਚ ਮਾਨਸਾ ਪੁੱਜੇ। ਵੱਡੇ ਖੁੱਲ੍ਹੇ ਟਰਾਲਿਆਂ 'ਤੇ ਲੱਦ ਕੇ ਲਿਆਂਦੇ ਇਹ ਹੈਲੀਕਾਪਟਰ ਜਦੋਂ ਮਾਨਸਾ ਵੱਲ ਆ ਰਹੇ ਸਨ ਤਾਂ ਰਸਤੇ ਵਿੱਚ ਲੋਕਾਂ ਵੱਲੋਂ ਖੜ ਖੜ ਕੇ ਦੇਖਿਆ ਜਾ ਰਿਹਾ ਸੀ। ਇਹ ਪੈਂਦੇ ਇੱਕ ਟੋਲ ਪਲਾਜ਼ੇ ਕੋਲ ਲੰਘਣ ਵੇਲੇ ਜਦੋਂ ਹੈਲੀਕਾਪਟਰਾਂ ਉੱਪਰ ਪੱਖਿਆਂ ਨੂੰ ਉਤਾਰਨਾ ਪਿਆ ਤਾਂ ਉੱਥੇ 5 ਹੈਲੀਕਾਪਟਰ ਸੜਕ 'ਤੇ ਦੇਖ ਕੇ ਲੋਕਾਂ ਦੀ ਕਾਫੀ ਭੀੜ ਇਕੱਠੀ ਹੋ ਗਈ। ਡਿੰਪਲ ਅਰੋੜਾ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਸਾਲ 1988 ਵਿੱਚ ਇਹ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਉਸ ਵੇਲੇ ਕਬਾੜ ਦਾ ਸਮਾਨ ਸ਼ਹਿਰ ਵਿੱਚ ਹੀ ਰੱਖਦੇ ਸੀ ਪਰ ਹੁਣ ਉਹਨਾਂ ਵੱਲੋਂ ਕਬਾੜ ਦੀ ਕੀਤੀ ਜਾਂਦੀ ਖਰੀਦ ਇਸ ਕਦਰ ਵੱਧ ਗਈ ਹੈ ਕਿ ਉਹਨਾਂ ਨੂੰ 6 ਏਕੜ ਵਿੱਚ ਇਹ ਸਾਰਾ ਸਮਾਨ ਰੱਖਣਾ ਪੈ ਰਿਹਾ। ਉਹਨਾਂ ਕਿਹਾ ਕਿ ਹੁਣ ਸਾਨੂੰ ਫਕਰ ਮਹਿਸੂਸ ਹੋ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਸਾਨੂੰ ਕੋਈ ਕਬਾੜੀ ਦਾ ਬੇਟਾ ਮਹਿਸੂਸ ਕਹਿੰਦੇ ਸੀ ਤਾਂ ਸਾਨੂੰ ਘੁੱਟਣ ਮਹਿਸੂਸ ਹੁੰਦੀ ਸੀ ਲੇਕਿਨ ਅੱਜ ਜਦੋਂ ਸਾਡੇ ਪਿਤਾ ਨੇ ਇਹ 6 ਹੈਲੀਕਾਪਟਰ ਖਰੀਦੇ ਨੇ ਤਾਂ ਹੁਣ ਸਾਨੂੰ ਜਦੋਂ ਕੋਈ ਕਬਾੜੀ ਦਾ ਬੇਟਾ ਕਹਿੰਦੇ ਤਾਂ ਹੁਣ ਸਾਨੂੰ ਫਕਰ ਮਹਿਸੂਸ ਹੁੰਦਾ ਹੈ। ਕੀ ਨਾਮ ਤੁਹਾਡਾ? ਹਾਂਜੀ, ਮੇਰਾ ਨਾਮ ਸਾਗਰ ਹੈ ਜੀ ਅਤੇ ਮੈਂ ਮਿੱਠੂ ਕੁਵਾੜੀ ਜੀ ਤੋਂ ਭਾਂਜਾ ਸਾਗਰ ਜੀ ਅਤੇ ਸਾਨੂੰ ਆਪ ਨੂੰ ਕੱਲ੍ਹ ਦਾ ਅਤੇ ਪੂਰਾ ਮਾਣ ਮਹਿਸੂਸ ਹੋ ਰਿਹਾ ਵੀ ਅਸੀਂ ਹੈਲੀਕਾਪਟਰ ਲਏ ਨੇ ਅਤੇ ਸਾਨੂੰ ਬਹੁਤ ਲੋਕਾਂ ਦਾ ਇਕੱਠ ਦੇਖ ਕੇ ਆਪ ਨੂੰ ਪ੍ਰਾਊਡ ਹੋ ਰਿਹਾ ਵੀ ਅਸੀਂ ਆਪ ਮਾਨਸਾ 'ਚ ਕੋਈ ਅਲੱਗ ਜਿਹੀ ਚੀਜ਼ ਲੈ ਕੇ ਆ ਰਹੇ ਹਾਂ ਅਤੇ ਮਾਨਸਾ ਨੂੰ ਮਾਨਸਾ ਦਾ ਵੀ ਨਾਮ ਹੋ ਰਿਹਾ ਵੀ ਮਾਨਸਾ ਦੇ ਵਿੱਚ ਕੁਛ ਅਲੱਗ ਜਿਹੀ ਚੀਜ਼ ਆਈ ਹੈ ਅਤੇ ਅਸੀਂ ਇਹ 3-4 ਮਹੀਨੇ ਪਹਿਲਾਂ ਲੈ ਲਏ ਸੀਗੇ ਅਤੇ ਲੋਕਾਂ ਦਾ ਬਹੁਤ ਜ਼ਿਆਦਾ ਸਾਨੂੰ ਫੋਨ ਆ ਰਿਹਾ ਸੀਗੇ ਵੀ ਕਦੋਂ ਆਉਣਗੇ ਜੀ ਅਤੇ ਥੋੜ੍ਹਾ ਕੋਵਿਡ-19 ਕਰਕੇ ਥੋੜ੍ਹਾ ਜਿਹਾ ਡਿਲੇ ਹੋ ਗਏ ਲੋਕਡਾਊਨ ਕਰਕੇ ਅਤੇ ਸਾਨੂੰ ਬਹੁਤ ਜ਼ਿਆਦਾ ਫਕਰ ਹੋ ਰਿਹਾ ਸਾਨੂੰ ਆਪਦੇ ਮਾਮਾ ਜੀ 'ਤੇ ਮਾਣ ਹੋ ਰਿਹਾ ਵੀ ਅਸੀਂ ਕੋਈ ਮਾਨਸਾ 'ਚ ਅਲੱਗ ਜਿਹੀ ਚੀਜ਼ ਲੈ ਕੇ ਆਏ ਹਾਂ। ਅਸੀਂ ਇਸੇ ਤਰ੍ਹਾਂ ਦੀ ਕੋਈ ਹੋਰ ਅਲੱਗ ਜਿਹੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਹੋਰ ਕਰਾਂਗੇ ਵੀ ਮਾਨਸਾ 'ਚ ਕੋਈ ਅਲੱਗ ਜਿਹੀ ਚੀਜ਼ ਲੈ ਕੇ ਆਈਏ ਅਤੇ ਇੱਥੇ ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋ ਲੋਕਾਂ ਦਾ ਬਹੁਤ ਜ਼ਿਆਦਾ ਇਕੱਠ ਹੋ ਰਿਹਾ। ਕੱਲ੍ਹ ਦੁਪਹਿਰ 1-2 ਵਜੇ ਆ ਗਏ ਸੀ ਸਾਡੇ ਕੋਲ, ਕੋਈ ਲੋਕ ਧੁੱਪ ਨਹੀਂ ਦੇਖ ਰਹੇ, ਕੋਈ ਗਰਮੀ ਨਹੀਂ ਦੇਖ ਰਹੇ, ਲੋਕਾਂ ਦਾ ਫੁੱਲ ਇਕੱਠ ਹੋ ਰਿਹਾ। ਅਸੀਂ ਰਾਤ ਨੂੰ ਵੀ 10-11 ਵਜੇ ਸ਼ੋਪ 'ਤੇ ਆਏ ਅਤੇ ਰਾਤ ਨੂੰ ਲੋਕ 10-11 ਵਜੇ ਵੀ ਸ਼ੋਪ 'ਤੇ ਖੜ੍ਹੇ ਸੀਗੇ। ਲੋਕਾਂ ਨੇ ਕੋਈ ਫੋਟੋ ਲੈ ਰਿਹਾ, ਕੋਈ ਬੱਚੇ ਆ ਰਹੇ, ਕੋਈ ਲੇਡੀਜ਼ ਆ ਰਹੀ ਹੈ, ਕੋਈ ਬਜ਼ੁਰਗ ਆ ਰਹੇ ਨੇ ਅਤੇ ਹੁਣ ਵੀ ਤੁਸੀਂ ਦੇਖ ਰਹੇ ਹੋ ਗਰਮੀ 'ਚ ਵੀ ਲੋਕਾਂ ਦਾ ਪੂਰਾ ਇਕੱਠ ਚੱਲ ਰਿਹਾ। ਸਾਨੂੰ ਆਪਦੇ 'ਤੇ ਪੂਰਾ ਫਕਰ ਮਹਿਸੂਸ ਹੋ ਰਿਹਾ ਵੀ ਅਸੀਂ ਮਾਨਸਾ 'ਚ ਕੋਈ ਅਲੱਗ ਜਿਹੀ ਚੀਜ਼ ਲੈ ਕੇ ਆਏ ਹਾਂ।
ਜੀ ਕੀ ਨਾਮ ਹੈ ਤੁਹਾਡਾ ਮੇਰਾ ਸੁਖਪਾਲ ਸਿੰਘ ਹੈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਮੇਰਾ ਪਿੰਡ ਜੋਗਰਲਾ ਜੀ ਵੈਸੇ ਮੇਰਾ ਦੋਤਾ ਲਹਿਰੇ ਮਾਫਤ ਤੋਂ ਆਇਆ ਜੀ ਇੱਥੇ ਸਪੈਸ਼ਲ ਦੇਖਣੇ ਨੂੰ ਅੱਛਾ ਤੁਹਾਡਾ ਦੋਤਾ ਹੈਲੀਕਾਪਟਰ ਦੇਖਣ ਸਪੈਸ਼ਲ ਆਇਆ ਹਾਂ ਜੀ ਸਪੈਸ਼ਲ ਆਇਆ ਜੀ ਦੇਖਣ ਤੁਸੀਂ ਪਹਿਲਾਂ ਹੈਲੀਕਾਪਟਰ ਦੇਖਿਆ ਕਦੀ ਪਹਿਲੇ ਐਕਟਰ ਵਿੱਚ ਬੈਠ ਕੇ ਦੇਖੇ ਜੀ ਬਾਹਰੋਂ ਦੂਰੋਂ ਤਾਂ ਦੇਖੇ ਜੀ ਅੱਛਾ ਪਰ ਇਹ ਬਹੁਤ ਵਧੀਆ ਨਵੀਂ ਚੀਜ਼ ਆਈ ਜਿਹੜੀ ਇੱਥੇ ਆਈ ਹੈ ਤੁਸੀਂ ਪਾਇਲਟ ਦੀ ਫੀਲਿੰਗ ਲੈ ਰਹੇ ਹੈਗੇ ਹੋ ਹਾਂਜੀ ਹਾਂਜੀ ਹੁਣ ਬਹੁਤ ਵਧੀਆ ਹੁਣ ਹਵਾ 'ਚ ਉੱਤਰ ਰਹੇ ਲੱਗਦਾ ਤੁਹਾਨੂੰ ਮਾਣ ਮਹਿਸੂਸ ਹੋ ਰਿਹਾ ਵੀ ਆਪਣੇ ਏਰੀਏ ਦੇ ਕਵਾੜੀ ਨੇ 6 ਹੈਲੀਕਾਪਟਰ ਖਰੀਦ ਲਏ ਹਾਂਜੀ ਬਹੁਤ ਮਾਣ ਮਹਿਸੂਸ ਹੁੰਦਾ ਜੀ ਸਾਰੀ ਦੁਨੀਆ ਵੇਖਣ ਆਉਂਦੀ ਹੈ ਜੀ ਇਹਦੇ ਵਿੱਚ ਬਹੁਤ ਵੱਡਾ ਬਹੁਤ ਵਧੀਆ ਮਾਰਕਾ ਮਾਰਿਆ ਜੀ ਇਹਨਾਂ ਨੇ ਮਿੱਠੂਈਆਂ ਨੇ ਆਪਦਾ ਨਾਮ ਪੂਰਾ ਸਾਰੇ ਪੰਜਾਬ ਦੇ ਵਿੱਚ ਸਾਰੇ ਆਲ ਇੰਡੀਆ ਦੇ ਵਿੱਚ ਰੋਸ਼ਨ ਕੀਤਾ ਹੈ ਵੀ ਇੱਥੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ 5 ਹੈਲੀਕਾਪਟਰ ਦਾ ਆਉਣਾ ਬਹੁਤ ਵੱਡੀ ਚੀਜ਼ ਹੈ ਜੀ मैं स्पैशली इन्हों की मैं फेसबुक से फोटो वेखी मिठू कुवाड़ी ने तीन जहाज खरीदी मैं स्पैशली बच्चे अच्छ सुबह लैके 6:30 बजे फरीदकोट तुरया मैं तो ना ही मेरा सहुरे इन्होंने स्पैशल याद दिखाने वास्ते बच्चे लैके आया मैं तो मानसा जिले के मेरा हैलीकाप्टर देखे माता मिल के पेके का गेड़ा बजेगा हाँ जी देख के जी पेके जाए पेके मिले जाके फिर सहुरे दसना है हाँ जी सारे दसा जाके स्पैशली मैं जहाज देखना है ज़्यादा सहुरे बाद मेरा डिंपल अरोड़ा तो मेरे फादर मिठू कुवाड़िया जी उन्होंने बेटा अज थे इतने कुवाड़खाने के बड़ी गिनती लोग आ रहे हैं की कारण है एक बखरी चीज़ देख के लोग आ रहे हैं सानू भी बहुत खुशी महसूस हो रही है देख के लोगों को बहुत प्यार मिल रहा जी लोगों देख के भी कदों तो जो कुवाड़ का कारोबार है ये 1988 तो फादर ने किया 2010 च मैं शुरुआत की थी ये काम की जी हाँ जी तो बाकी ये 4 महीने पहले ऑप्शन से लगे थे तो आप डिस्कशन हुई ग्रुप की सब होके फादर नाल से उन्होंने भी कहा भी एक बखरी चीज़ लैके आई है असी तो बखरी चीज़ पेश करिए देख के भी खरीदी असी भी नवी तो नवी चीज़ खरीद के सानू भी खुशी मिलती है 6 खरीदे सी इहदे चो 3 इत्थे हैगे ने 3 सेल हो गए 3 सेल हो गए जी कौन कित्थों लैके जी ये जगत जगजीत ग्रुपा टीमे का उन्होंने खरीदे ने 2 एक उन्होंने मोरनी हिल स्टेशन लगाया है उत्थे रिजॉर्ट बनाया उत्थे उन्होंने डिस्प्ले लिए लगाया है तो एक उन्होंने लुधियाने लगाया है तो एक मुंबई की पार्टी सी जो उत्थे ही साढ़े तो खरीद के लै गई सी एक हाँ जी अच्छा तो होर इस तो पहला भी कोई बड़े बड़ी खरीदारी सी हुण तक सब तो बड़ी है नहीं पहले तो मशीनरी वगैरह सी जी होर ये सब तो बड़ी खरीद है जी साढ़े जिहड़े हैलीकॉप्टर इत्थे तुहाडे मुलाजम कुवाड़खाने च किन्ने मुलाजम काम करदे ने आम तौर पर कहते भी कुवाड़िया छोटा जिहा काम हुंदा पर तुहाडे इक वड्डा जिहड़ा देश पद्धर ते कारोबार हो गया कुवाड़ दा इह काम दे अकॉर्डिंग आ जांदा जिद्दे ज़्यादा काम हुंदा उस टाइम ज़्यादा हुंदे आ जी कोई परमानेंट तो बंदे जी ऐ लगा लो 15-20 हैगे ने मुलाजम जिहड़े हैगे आ बाकी काम दे अकॉर्डिंग हुंदा चलदा रहिंदा जी पंच इह नहीं लग्गिया हैगा भी पापा कुवाड़ दा काम करदा मैं किस तरह दस्सां मैं कुवाड़िया दा मुंडा पहलां जदों पढ़दे सीगे जी छोटे हुंदे थोड़ा बहुत लगता सीगा उस तो बाद हुण सानू फकर महसूस हुंदा भी कितें भी खुल के कहने भी उन्हां दे बेटे हैगे उन्हां दा नाम लैके असीं बोलदे आ जदों सानू आप ही प्राउड फुल फील हुंदा जी कुवाड़िया दा मुंडा हुण तां लो इह दस्सदे होणगे भी ओह जा रिहा हाँ जी हाँ जी जी क्योंकि काम कोई भी छोटा वड्डा नहीं हुंदा उहदे च गल तां प्रसिद्धि खट्टण नहीं हुंदी है हाँ जी हाँ जी मानसा तो जी सारिआं नूं सति श्री अकाल नमस्कार मैं कम तां जी 88 दा करदा ते पहला शुरू च छोटिया वड्डिया चीज़ा लेंदे सी फिर हौली हौली जिप्सियां जीपा टाटवे ते वधिया वाहिगुरू दी कृपा नाल मैनू मौका मिलिया हैलीकॉप्टर ट्रैक्टर खरीदण दा ते सच्चा पातशाह दी मेहर नाल पहुँच गए वधिया सही सलामत ते तुसी इन्हां दे विचों कोई मानसा च भी स्थापित रखना हैलीकॉप्टर चाहे अगे सेल करने आ ना इक रखांगे जी अच्छा 3 सेल हो गए जी 3 सेल हो गए जी 3 रह गए अच्छा एक नूं वधिया बणावांगे अच्छा मॉडिफाई करांगे जी फिर इह हुण फौज दा हैलीकॉप्टर मिठू दा हैलीकॉप्टर बजेगा वाह जी शुक्र परमात्मा दा जी तुहानूं लगदा है वी हुण तक दी तुहाडी सब तों वड्डी खरीदारी है हाँ जी हाँ जी इस तों पहलां की वड्डी चीज़ सी जिहड़ी तुहानूं जिवें अपने कुवाड़ च इह खरीदिया ते हुण हैलीकॉप्टर लै रहे ਬਾਕੀ ਦਾ ਤੁਹਾਨੂੰ ਪਤਾ ਜੀ ਕਦੇ ਟਾਟਰੇ ਲੈ ਲਏ ਕਦੇ ਟਾਲੀਆਂ ਨਾਲ ਲੈ ਲਈਆਂ ਹੈ ਜੀ ਟਾਟਾ 713 ਅਤੇ ਰਨ ਟਰਨ ਜੌਂਗੇ ਬਹੁਤ ਵੱਡੇ ਉਹਨਾਂ ਦੀ ਬਣ ਗਏ ਪਰਿਵਾਰ 'ਚ ਪੀੜ੍ਹੀ ਬਦਲਣ ਦੇ ਨਾਲ ਨੌਜਵਾਨ ਮੁੰਡਾ ਤੁਹਾਡਾ ਜਾਂ ਕਦੇ ਪਰਿਵਾਰ 'ਚ ਕਿਹਾ ਨਹੀਂ ਵੀ ਕੀ ਕੁਵਾੜ ਦੇ ਕੰਮ 'ਚ ਪੈਣ ਲੱਗੋ ਸ਼ੁਰੂ 'ਚ ਕਦੇ ਜੀ ਗੱਲ ਹੋਈ ਹੋਵੇ ਨਹੀਂ ਜੀ ਨਹੀਂ ਨਹੀਂ ਉਹ ਤਾਂ ਆਪ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜੀ ਜੀ ਹਾਂਜੀ ਹਾਂਜੀ ਥੈਂਕ ਯੂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਦਿਖਾਓ।